ਖਬਰਾਂ ਦੇ ਇਸ ਬੁਲਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਨੂੰ ਪਹਿਲਾ ਪੇਸ਼ ਨਹੀਂ ਜਿਉਣਵੀਂ ਖਬਰਾਂ ਕੇਂਦਰੀ ਮੰਤਰੀ ਡਾਕਟਰ ਜੀਤेंद्र ਸਿੰਘ ਨੇ ਸਪਸ਼ਟ ਕੀਤਾ ਹੈ ਕਿ ਕੇਂਦਰ ਵੱਲੋਂ ਲਿਆਂਦੇ ਗਏ ਨਵੇਂ ਖੇਤੀ ਆਰਡੀਨੈਂਸਾਂ ਨੂੰ ਲਾਗੂ ਹੋਣ ਤੋਂ ਬਾਅਦ ਵੀ ਕਿਸਾਨਾਂ ਕੋਲ ਮੰਡੀਆਂ ਵਿੱਚ ਫਸਲ ਵੇਚਣ ਦਾ ਬਦਲ ਜਾਰੀ ਰਹੇਗਾ ਜੀਤेंद्र ਸਿੰਘ ਨੇ ਕਿਹਾ ਹੈ ਕਿ ਖੇਤੀ ਆਰਡੀਨੈਂਸਾਂ ਦੇ ਮੁੱਦੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਰੋਮਨੀਆ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜੇ ਕੇਂਦਰ ਸਰਕਾਰ ਚਾਹੇ ਤਾਂ ਉਹ ਆਰਡੀਨੈਂਸਾਂ ਦੇ ਮੁੱਦੇ ਤੇ ਕਿਸਾਨਾਂ ਅੱਗੇ ਸਾਫ਼ ਤਸਵੀਰ ਪੇਸ਼ ਕਰਨ ਲਈ ਵਕਤ ਦੀ ਅਗਵਾਈ ਕਰ ਸਕਦੇ। ਲਗਾਤਾਰ ਹੋ ਰhline ਸੰਵੇਦਨਸ਼ੀਲ ਖੇਤਰਾਂ ਵਿੱਚ ਹਵਾਈ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਭਾਰਤੀ ਹਵਾਈ ਫੌਜ ਦੇ ਕਮਾਂਡਰਾਂ ਦੀ ਤਿੰਨ ਦਿਨਾ ਕਾਨਫਰੰਸ 22 ਜੁਲਾਈ ਨੂੰ ਨਵੀਂ ਦਿੱਲੀ ਵਿੱਚ ਸ਼ੁਰੂ ਹੋਵੇਗੀ। ਜੰਮੂ ਕਸ਼ਮੀਰ ਦੇ ਸੁੰਦਰਬਣੀ ਐਸੈਕਟਰ ਵਿੱਚ ਪਾਕਿਸਤਾਨ ਵੱਲੋਂ ਇੱਕ ਵਾਰ ਫਿਰ ਗੋਲੀਬੰਦੀ ਦੀ ਉਲੰਘਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਅਤੇ ਹੜ੍ਹਾਂ ਦੀ ਸਥਿਤੀ ਸੰਬੰਧੀ ਸੱਤ ਸੂਬਿਆਂ ਦੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਰਾਜਸਥਾਨ ਵਿੱਚ ਸਿਆਸੀ ਸੰਕਟ ਬਰਕਰਾਰ ਅਗਲੇ ਹਫਤੇ ਵਿਧਾਨ ਸਭਾ ਦੇ ਜਲਾਸ ਸੱਦੇ ਜਾਣ ਦੀ ਸੰਭਾਵਨਾ ਪੰਜਾਬ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਭਾਰੀ ਬਾਰਿਸ਼ ਨਾਲ ਤਾਪਮਾਨ ਵਿੱਚ ਗਿਰਾਵਟ ਮੌਸਮ ਵਿਭਾਗ ਦੇ ਮੁਤਾਬਕ ਅਗਲੇ 2-3 ਦਿਨਾਂ ਤੱਕ ਉੱਤਰੀ ਭਾਰਤ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਉਸ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਆਰਡੀਨੈਂਸ ਕਿਸਾਨਾਂ ਦੀ ਭਲਾਈ ਲਈ ਹੀ ਨੇ ਕਿਸਾਨਾਂ ਦੇ ਕੋਲ ਮੰਡੀ ਵਿੱਚ ਆਪਣੀ ਫਸਲ ਵੇਚਣ ਦਾ ਬਦਲ جاری ਰਹੇਗਾ ਇਸ ਦੇ ਨਾਲ ਹੀ ਇਹ ਦੇ ਰੇਕਰ ਕਿਸਾਨ ਚਾਹੁੰਦੇ ਨੇ ਤਾਂ ਉਹ ਮੰਡੀ ਦੇ ਬਾਹਰ ਵੀ ਵਪਾਰੀਆਂ ਨੂੰ ਆਪਣੀਆਂ ਕੀਮਤਾਂ ਤੇ ਫਸਲ ਵੇਚ ਸਕਦੇ ਨੇ ਡੀਡੀ ਨਿਊਜ਼ ਨੂੰ ਦਿੱਤੀ ਇੱਕ ਖਾਸ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਮੰਤਰੀ ਜੀਤेंद्र ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਪੂਰੀ ਸਰਕਾਰੀ ਖਰੀਦ ਮੰਡੀਆਂ ਰਾਹੀਂ ਹੀ ਹੋਵੇਗੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਕੇਂਦਰ ਸਰਕਾਰ ਵਲੋ ਚੁੱਕੇ ਗਏ ਹੋਰ ਕਦਮਾਂ ਦੇ ਨਾਲ ਨਾਲ ਇਨ੍ਹਾਂ ਕਦਮਾਂ ਤਹਿਤ ਕਿਸਾਨਾਂ ਨੂੰ ਮਜ਼ਬੂਤ ਕਰਨ ਅਤੇ 2022 ਤੱਕ ਉਨ੍ਹਾਂ ਦੀ ਆਮਦਨ ਨੂੰ ਦੁੱਗਣਾ ਕਰਨ ਲਈ ਸਰਕਾਰ ਵਚਨਬੱਧ ਹੈ ਜਤਿੰਦਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਕਿਸਾਨਾਂ ਦੀ ਭਲਾਈ ਲਈ ਲਿਆਂਦੇ ਗਏ ਖੇਤੀ ਆਰਡੀਨੈਂਸਾਂ ਦੇ ਮੁੱਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹ ਵਹਿਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਗਲਤ ਫਹਿਮੀ ਪੈਦਾ ਕੀਤੀ ਜਾ ਰਹੀ ਹੈ ਕਿ ਭਈ ਤੈਨੂੰ ਐਮਐਸਪੀ ਤੇ ਤੂੰ ਨਹੀਂ ਵੇਚ ਸਕੇਗਾ ਜੇ ਐਸੀ ਗੱਲ ਹੁੰਦੀ ਵੀ ਹੈ فرض کرو ਅਸੀਂ 2 ਮਿੰਟਾਂ 'ਚ ਤਸلیم ਕਰ ਲਈਏ ਜੀ ਇਹੋ ਜਿਹਾ ਇੱਕ ਇੱਕ ਇਸ ਕਿਸਮ ਦਾ ਇੱਕ ਸਭਾਵਨਾਬੰਦੀ ਹੈ ਤੇ ਫਿਰ ਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਇਹਦੇ ਵਿੱਚ ਵੀ ਸਰਕਾਰ ਨੂੰ ਚਾਹੀਦਾ ਪ੍ਰਦੇਸ਼ ਦੀ ਸਰਕਾਰ ਨੂੰ ਕਿ ਜੇ ਉਹ ਸਹਿਯੋਗ ਕਰੇ ਜੇ ਪ੍ਰਦੇਸ਼ ਸਰਕਾਰ ਪਹਿਲੇ ਹੀ ਚਾਹੁੰਦੀ ਹੈ ਕਿ ਐਮਐਸਪੀ ਦੀ ਖਿਲਾਫ ورਜ਼ੀ ਹੋਵੇ ਤੇ ਲੋਕਾਂ ਦੇ ਮਨ ਵਿੱਚ ਇਹ ਗੱਲ ਪੰਦੀ ਪਈ ਹੈ ਤੇ ਇਹਦਾ ਮਤਲਬ ਹੈ ਕਿ ਸਰਕਾਰ ਦੇ ਨੀਅਤ ਵਿੱਚ ਵੀ ਕੁਝ ਖੋਟ ਹੈ ਮੈਂ ਤੇ ਇਹ ਸਮਝਦਾ ਕਿ ਮੋਦੀ ਸਰਕਾਰ ਨੇ ਬੜੀ ਨੇਕ ਨੀਤੀ ਨਾਲ ਬੜੀ ਸਾਫ ਬੰਸ਼ਾ ਨਾਲ ਕਿਸਾਨ ਦੇ ਹਿੱਤ ਦਾ ਫਾਇਦਾ ਲਿਆ ਹੈ। ਔਰ ਕਿਉਂਕਿ ਇੱਕ ਫੈਡਰਲ ਕੋਆਪਰੇਸ਼ਨ ਜਾਂ ਕੋਆਪਰੇਟਿਵ ਫੈਡਰਲਿਜ਼ਮ ਦੇ ਮੁੱਲਿਆਂ ਤੇ ਆਧਾਰ ਤੇ ਇਸ ਸਰਕਾਰ ਨੇ ਪਿਛਲੇ 6 ਵਰਿਆਂ ਤੋਂ ਕੰਮ ਕੀਤਾ ਹੈ। ਮੈਂ ਤਾਂ ਸਮਝਦਾ ਕਿ ਰਾਜ ਸਰਕਾਰ ਦਾ ਇਹ ਫਰਜ਼ ਬੰਦਾ ਹੈ ਕਿ ਉਸੇ ਸਪਿਰਿਟ ਨੂੰ ਉਸੇ ਭਾਵਨਾ ਨੂੰ ਮੱਦੇ ਨਜ਼ਰ ਰੱਖ ਕੇ ਇਸ ਗੱਲ 'ਚ ਉਹ ਆਪਣਾ ਸਹਿਯੋਗ ਦੇਵੇ, ਤਾਬਨ ਦੇਵੇ। ਤੁਰਕ ਸਿੰਘ ਤੁਹਾਨੂੰ ਲੱਗਦਾ ਹੈ ਕਿ ਇਹ ਸਮਝਣਾ ਜ਼ਰੂਰੀ ਹੈਗਾ ਹੈ ਕਿ ਸਰਕਾਰੀ ਖਰੀਦ ਪੂਰੀ ਮੰਡੀਆਂ ਤੋਂ ਹੀ ਹੋਊਗੀ ਜੀ ਜੀ ਕਿਸਾਨਾਂ ਨੂੰ ਇਹ ਸਮਝਣਾ ਜ਼ਰੂਰੀ ਹੈ ਬਿਲਕੁਲ ਬਿਲਕੁਲ ਤੁਸੀਂ ਠੀਕ ਕਹਿੰਦੇ ਹੋ ਬਲਕਿ ਕਿਸ ਕਿਸਾਨ ਨੂੰ ਇੱਕ ਕਾਫੀ ਉਹਦੇ ਵਿਕਲਪ ਦਾ ਦਾਇਰਾ ਜਿਹੜਾ ਹੈ ਉਹ ਵੱਧ ਗਿਆ ਪਹਿਲੇ ਕੋਰਾਂ ਹੀ ਜ਼ਿਆਦਾ ਹੁੰਦਾ ਸੀ ਤੇ ਉਹਨੂੰ ਆਦਤ ਵੀ ਪਾ ਦਿੱਤੀ ਗਈ ਸੀ ਉਹਦੇ ਮਨ ਵਿੱਚ ਉਹ ਕੰਡੀਸ਼ਨਿੰਗ ਵੀ ਹੋ ਗਈ ਸੀ ਤੇ ਉਹਨੂੰ ਲੱਗਦਾ ਸੀ ਕਿ ਮੈਂ ਬਸ ਜਿਸ ਤਰ੍ਹਾਂ ਸਾਲ ਦਰ ਸਾਲ ਜਲਦਾ ਰ ਰ ਉਸੇ ਜਾ ਕੇ ਉਥੇ ਮੰਡੀ ਵਿੱਚ ਵੇਚ ਦਿਆਂਗਾ ਹੁਣ ਉਹਦਾ ਵੀ ਜ਼ੈਨ ਖੁੱਲੇਗਾ ਔਰ ਅਸੀਂ ਇਹ ਨਾ ਅਸੀਂ ਇਹ ਵੀ ਯਾਦ ਰੱਖੀਏ ਕਿ ਹੁਣ ਜਿਹੜਾ ਕਿਸਾਨ ਹੈ ਉਹ ਅੱਜ ਤੋਂ 50 ਵਰਿਆਂ ਪਹਿਲਾਂ ਦਾ ਕਿਸਾਨ ਨਹੀਂ ਹੈ ਮੈਂ ਤੇ ਇੱਕ ਨਵੀਂ ਪਰਿਭਾਸ਼ਾ ਦਿੱਤੀ ਸੀ ਕਿ ਐਗਰੀਕਲਚਰਲ ਟੈਕਨੋਕਰਟ ਨੂੰ ਕਹਿਣਾ ਚਾਹੀਦਾ ਹੈ ਜਾਂ ਐਗਰੀਕਲਚਰਲ ਐਂਟਰਪ੍ਰੈਨਿਅਰ ਅਜਕਲ ਦਾ ਜਿਹੜਾ ਕਿਸਾਨ ਹੈ ਨੌਜਵਾਨ ਕਿਸਾਨ ਹੈ ਸੋਇਲ ਹੈਲਥ ਕਾਰਡ ਯੂਜ਼ ਕਰਦਾ ਆਪਣੇ ਘਰ ਕੰਪਿਊਟਰ ਤੇ ਬਹਿ ਕੇ ਉਹ ਸਾਰਾ ਕੁਝ ਦੇਖ ਲੈਂਦਾ ਹੈ ਕਿ ਮੈਂ ਕਿਸ ਫਸਲ ਕਿਸ ਲਈ ਰਾਣੀ ਹੈ ਕਿਸ ਲਈ ਉਹਦੀ ਕਟਾਈ ਕਰਨੀ ਹੈ ਮੈਂ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਡਾਕਟਰ ਜਤਿੰਦਰ ਸਿੰਘ ਨਾਲ ਡੀਡੀ ਨਿਊਜ਼ ਵੱਲੋਂ ਕਿਤੇ ਕਿ ਇਹ ਮੁਕੰਮਲ ਖਾਸ ਇੰਟਰਵਿਊ ਤੁਸੀਂ ਇਸ ਸਮਾਚਾਰ ਬੁਲਟਨ ਦੇ ਤੁਰੰਤ ਬਾਅਦ ਦੇ ਸਕਦੇ ਹੋ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਖੇਤੀ ਆਰਡੀਨੈਂਸਾ ਸੰਬੰਧੀ ਕਿਸਾਨਾਂ ਵਿੱਚ ਸਪਸ਼ਟਤਾ ਝੋਣੀ ਜ਼ਰੂਰੀ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਤੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਆਰਡੀਨੈਂਸਾਂ ਸੰਬੰਧੀ ਸਪਸ਼ਟਤਾ ਲਈ ਕਿਸਾਨਾਂ ਦੇ ਵਫਤ ਦੀ ਅਗਵਾਈ ਕਰ ਸਕਦੇ ਨੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਇਹ ਚਾਹੁੰਦਾ ਤਾਂ ਅਕਾਲੀ ਦਲ ਆਰਡੀਨੈਂਸਾਂ ਦੇ ਸਹੀ ਪਹਿਲੂਆਂ ਤੋਂ ਕਿਸਾਨਾਂ ਅਤੇ ਹੋਰਾਂ ਤਿਰਾਂ ਨੂੰ ਜਾਣੂ ਕਰਵਾਉਣ ਲਈ ਵਫਤ ਦੀ ਅਗਵਾਈ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਲਈ ਕਿਸਾਨਾਂ ਦੀ ਭਲਾਈ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹੈ। ਬਾਦਲ ਨੇ ਕਿਹਾ ਕਿ ਫਸਲ ਦੇ ਘੱਟੋ-ਘੱਟ ਸਮਰਥਨ ਮੁੱਲ ਅਤੇ ਮੰਡੀਕਰਨ ਸੰਬੰਧੀ ਕਿਸਾਨਾਂ ਦੇ ਹਿੱਤਾਂ ਨਾਲ ਕੋ ਕੋਈ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਕਿਸਾਨੀ ਹਿੱਤਾਂ ਨਾਲ ਖਿਲਵਾੜ ਕੀਤਾ ਕਰਨ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਖੇਤੀ ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਇਹ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਫਸਲ ਦਾ ਘੱਟੋ-ਘੱਟ ਸਮਰਥਨ ਮੁੱਲ ਅੱਜ ਵੀ ਜਾਰੀ ਰੱਖਿਆ ਗਿਆ ਹੈ ਤੇ ਅੱਗੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗਾ ਸੁਖਬੀਰ ਬਾਦਲ ਨੇ ਸੂਬੇ ਦੀ ਕਾਂਗਰਸ ਸਰਕਾਰ ਅਤੇ ਇਸ ਦੇ ਨੇਤਾਵਾਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਆਰਡੀਨੈਂਸਾਂ ਅਤੇ ਤੇਲ ਦੀ ਵੱਧ ਰਹੀਆਂ ਕੀਮਤਾਂ ਸੰਬੰਧੀ ਅੱਜ ਤੋਂ ਸੂਬਾ ਭਦਰੀ ਤਰਨੇ ਦਾ ਐਲਾਨ ਕੀਤਾ ਗਿਆ ਹੈ ਕੇਂਦਰ ਸਰਕਾਰ ਵੱਲੋਂ ਕਿਰਸਾਨੀ ਅਤੇ ਕਿਸਾਨਾਂ ਦੀ ਭਲਾਈ ਲਈ ਤਿੰਨ ਖੇਤੀ ਆਰਡੀਨੈਂਸ ਲਿਆਂਦੇ ਗਏ ਜਿਨ੍ਹਾਂ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਉਹਨਾਂ ਨੂੰ ਆਪਣੀ ਫਸਲ ਕੀਤੇ ਵੀ ਵਿਚਨ ਦੀ ਖੁੱਲ ਹੋਵੇਗੀ ਪੰਜਾਬ ਦੇ ਕਿਸਾਨਾਂ ਨੇ ਸਰਕਾਰ ਵੱਲੋਂ ਲਿਆਂਦੇ ਗਏ ਇਹਨਾਂ ਖੇਤੀ ਆਰਡੀਨੈਂਸਾਂ ਨੂੰ ਕਿਸਾਨਾਂ ਦੀ ਆਮਦਨ ਵਧਾਉਣ ਦੀ ਦਿਸ਼ਾ ਵੱਲ ਇੱਕ ਕਦਮ ਦੱਸਿਆ ਹੈ ਪ੍ਰਸਾਰ ਭਾਰਤੀ ਦੇ ਬਠਿੰਡਾ ਸਥਿਤ ਨੁਮਾਇੰਦੇ ਨੇ ਕੁਝ ਕਿਸਾਨਾਂ ਅਤੇ ਕਿਰਸਾਨੀ ਨਾਲ ਜੁੜੇ ਲੋਕਾਂ ਨਾਲ ਸੰਬੰਧੀ ਗੱਲਬਾਤ ਕੀਤੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਲਈ ਜੋ ਖੇਤੀ ਆਰਡੀਨੈਂਸ ਤਨ ਪਾਸ ਕੀਤੇ ਐ ਉਹਨਾਂ ਲਈ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਜਿਹੜੀ ਕਿਸਾਨਾਂ ਦੀ ਪਿਛਲੇ ਲੰਮੇ ਸਮੇਂ ਤੋਂ ਮੰਗ ਸੀ ਕਿ ਦੇਸ਼ ਦਾ ਕਿਸਾਨ ਕਿਤੇ ਵੀ ਜਾ ਕੇ ਦੇਸ਼ ਦੇ ਵਿੱਚ ਆਪਣੀ ਫਸਲ ਵੇਚ ਸਕਦਾ ਹੈ ਉਸ ਵਾਅਦੇ ਨੂੰ ਪੂਰਾ ਕੀਤਾ ਹੈ ਮੈਂ ਸਮਝਦਾ ਹਾਂ ਕਿ ਇਸ ਦੇ ਨਾਲ ਜਿਹੜਾ ਕਿਸਾਨ ਹੈ ਉਹ ਆਪਣਾ ਭਾਅ ਆਪ ਤੈਅ ਕਰੇਗਾ ਜਿੱਥੇ ਵੀ ਉਹਨੂੰ ਜਿਹੜੀ ਉਹਦੀ ਫਸਲ ਦੀ ਅੱਛੀ ਕੀਮਤ ਮਿਲੇਗੀ ਚੰਗਾ ਭਾਅ ਮਿਲੇਗਾ ਉਹ ਜਾ ਕੇ ਉੱਥੇ ਵੇਚ ਸਕੇਗਾ ਇਹ ਬਹੁਤ ਵਧੀਆ ਜੀ ਕਿਉਂਕਿ ਐਮਐਸਵੀ ਤਾਂ ਇਹ ਚ ਖਤਮ ਕਰੀ ਨਹੀਂ ਜੀ ਤੇ ਬਾਕੀ ਜਿਹੜੀ ਅਸੀਂ ਫਸਲ ਹੈ ਜੀ ਕਿਤੇ ਵੀ ਵੇਚ ਸਕਦੇ ਆ ਪਹਿਲਾਂ ਅਸੀਂ ਜਦੋਂ ਅਸੀਂ ਆਪ ਦਾ ਬਨਾਸਪਤੀ ਝੋਨਾ ਹਰਿਆਣੇ ਜਾਂ ਹੋਰ ਕਿਤੇ ਲੈ ਕੇ ਜਾਂਦੇ ਸੀ ਤਾਂ ਬਾਰਡਰ ਤੇ ਸਾਡੀਆਂ ਇਹ ਟਰਾਲੀਆਂ ਸਿੰਘਾਂ ਰੋਕ ਲੈਂਦੇ ਸੀ ਤੇ ਹੁਣ ਸਾਨੂੰ ਕੋਈ ਦਿੱਕਤ ਨਹੀਂ ਕਿਉਂਕਿ ਜਿੱਥੇ ਸਾਨੂੰ ਵਧੀਆ ਰੇਟ ਮਿਲੂਗਾ ਅਸੀਂ ਆਪਦੀ ਫਸਲ ਆਪਦੀ ਮਨ ਮਰਜ਼ੀ ਨਾਲ ਵੇਚਾਂਗੇ ਤੇ ਇਹ ਤਾਂ ਸਾਨੂੰ ਬਹੁਤ ਵਧੀਆ ਸਰਕਾਰ ਨੇ ਸਾਡੇ ਲਈ ਕੰਮ ਕੀਤਾ ਜੀ ਜੋ ਆ ਰੋਲਾ ਪੈ ਰਿਹਾ ਹੈ ਆਰਡੀਨੈਂਸ ਦਾ ਇਹ ਮੈਨੂੰ ਤਾਂ ਲੱਗਦਾ ਵੀ ਕਿਸਾਨ ਦੇ ਬਹੁਤ ਹੀ ਫਾਇਦੇ ਚ ਹੈ ਕਿਉਂਕਿ ਜੋ ਪਹਿਲਾ ਵਾਲਾ ਸਿਸਟਮ ਹੈ ਇਹ ਬੁਰੀ ਤਰ੍ਹਾਂ ਫੇਲ ਹੋਇਆ ਵਾ ਇਸ ਨੇ ਸਾਨੂੰ ਫਾਂਸੀ ਦੇ ਫੰਦੇ ਤੱਕ ਲਿਆ ਜਾਂਦਾ ਕਿਸਾਨ ਨੂੰ ਖੁਦਕਸ਼ੀਆਂ ਕਰਨ ਲਈ ਮਜਬੂਰ ਕਰਤਾ ਜੇ ਸੈਂਟਰ ਸਰਕਾਰ ਨੇ ਕਿਸਾਨ ਦੇ ਹਿੱਤ ਵਿੱਚ ਕਿਸਾਨ ਨੂੰ ਉੱਪਰ ਚੱਕਣ ਵਾਸਤੇ ਇੱਕ ਆਰਡੀਨੈਂਸ ਲਿਆਂਦਾ ਹੈ ਵਧੀਆ ਇਸ ਦਾ ਸਵਾਗਤ ਕਰਨਾ ਚਾਹੀਦਾ ਕਿਸਾਨਾਂ ਨੂੰ ਕਿਸਾਨ ਇਹਦੇ ਹੱਕ ਚ ਹੈ ਇਸ ਦਾ ਵਿਰੋਧ ਉਹੀ ਲੋਕ ਕਰਦੇ ਆ ਜੋ ਕਿਸਾਨ ਦੇ ਸਿਰ ਤੇ ਰੋਟੀਆਂ ਸੇਕਦੇ ਆ ਕਿਸਾਨ ਨੂੰ ਉਬਰਦਾ ਨਹੀਂ ਦੇਖਣਾ ਚਾਹੁੰਦੇ ਨਹੀਂ ਕਿਸਾਨਾਂ ਲਈ ਇਹ ਬਹੁਤ ਵਧੀਆ ਜਿਹੜੀ ਨਵੀਂ ਆਪਰਚੂਨਿਟੀ ਹੈ ਜੀ ਉਹ ਆਪਦੀ ਜਿਹੜੀ ਫਸਲ ਹੈ ਉਹ ਕਿਸੇ ਵੀ ਮੰਡੀ ਵਿੱਚ ਵੇਚ ਸਕਦੇ ਜਿੱਥੇ ਉਹਨਾਂ ਨੂੰ ਜ਼ਿਆਦਾ ਰੇਟ ਮਿਲਦਾ ਔਰ ਕਿਸਾਨਾਂ ਦੇ ਜਿਹੜਾ ਪੁਰਾਣਾ ਸਿਸਟਮ ਸੀਗਾ ਬਿਲਕੁਲ ਕਿਸਾਨ ਕਰਜੇ ਝਗੜੇ ਵੇ ਸੀ ਹੁਣ ਕਿਸਾਨਾਂ ਦਾ ਮੈਨੂੰ ਲੱਗਦਾ ਵੀ ਕਿਸਾਨਾਂ ਦੀ ਜਿਹੜੀ ਜ਼ਿੰਦਗੀ 'ਚ ਨਵਾਂ ਬਦਲਾ ਆਊਗਾ ਦੀ ਜਿਹੜੀ ਜ਼ਿੰਦਗੀ 'ਚ ਲਦਾਖ ਖੇਤਰ ਵਿੱਚ ਰਾਫੇਲ ਲੜਾਕੂ ਜਹਾਜ਼ਾਂ ਦੀ ਤਾਇਨਾਤੀ ਸਬੰਧੀ ਭਾਰਤੀ ਹਵਾਈ ਫੌਜ ਦੇ ਕਮਾਂਡਰਾਂ ਦੀ ਕਾਨਫਰੰਸ 22 ਜੁਲਾਈ ਨੂੰ ਨਵੀਂ ਦਿੱਲੀ ਵਿੱਚ ਹੋਵੇਗੀ ਫੌਜੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਲਦਾਖ ਸੈਕਟਰ ਵਿੱਚ ਹਵਾਈ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤਿੰਨ ਦਿਨਾਂ ਕਾਨਫਰੰਸ ਵਿੱਚ ਵੱਖ-ਵੱਖ ਪਹਿਲੂਆਂ ਦੇ ਚਰਚਾ ਕੀਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਲਦਾਖ ਖੇਤਰ ਤੋਂ ਇਲਾਵਾ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ ਤੇ ਪੈੰਦੇ ਭਾਰਤੀ ਸੂਬਿਆਂ ਅਰੁਣਾਚਲ ਪ੍ਰਦੇਸ਼ ਸਿਕਮ ਅਤੇ ਉੱਤਰਾਖੰਡ ਵਿੱਚ ਸੰਵੇਦਨਸ਼ੀਲ ਇਲਾਕਿਆਂ ਵਿੱਚ ਸੁਰੱਖਿਆ ਦੇ ਪਹਿਲੂਆਂ ਤੇ ਵੀ ਵਿਚਾਰ ਚਰਚਾ ਹੋਵੇਗੀ ਇਸ ਤੋਂ ਮੁਤਾਬਕ ਇਸ ਕਾਨਫਰੰਸ ਤੋਂ ਬਾਅਦ ਅਗਲੇ ਮਹੀਨੇ ਦੇ ਸ਼ੁਰੂਆਤੀ ਦਿਨਾਂ ਵਿੱਚ 6 ਰਾਫੇਲ ਲੜਾਕੂ ਜਹਾਜ਼ਾਂ ਦਾ ਪਹਿਲਾ ਬੈਚ ਲਦਾਖ ਖੇਤਰ ਵਿੱਚ ਤਾਇਨਾਤ ਕੀਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਹੈ ਕਿ ਇਸ ਕਾਨਫਰੰਸ ਦੌਰਾਨ ਖੇਤਰ ਵਿੱਚ ਸੁਰੱਖਿਆ ਢਾਂਚ ਨੂੰ ਬਿਹਤਰ ਬਣਾਉਣ ਅਤੇ ਹਵਾਈ ਫੌਜ ਦੀ ਲੜਾਕੂ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਤੇ ਵੀ ਚਰਚਾ ਕੀਤੀ ਜਾਵੇਗੀ। ਇਸ ਕਾਨਫਰੰਸ ਦੀ ਪ੍ਰਧਾਨਗੀ ਹਵਾਈ ਸੈਨਾ ਮੁਖੀ 에ਅਰ ਚੀਫ ਮਾਰਸ਼ਲ ਆਰ ਕੇ ਸਪਦੋੜੀਆ ਕਰਨਗੇ। ਰੱਖਿਆ ਮੰਤਰੀ ਰਾਜਨਾ ਸਿੰਘ ਵੱਲੋਂ ਇਸ ਕਾਨਫਰੰਸ ਨੂੰ ਸੰਬੋਧਨ ਕੀਤੇ ਜਾਣ ਦੀ ਸੰਭਾਵਨਾ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਨਾਲ ਲੱਗਦੀ ਕੰਟਰੋਲ ਰੇਖਾ ਤੇ ਇੱਕ ਵਾਰ ਫੇਰ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ ਰੱਖਿਆ ਬੁਲਾਰੇ ਨੇ ਜੰਮੂ ਵਿੱਚ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁੰਦਰਬਣੀ ਸੈਕਟਰ ਵਿੱਚ ਅਗਲੇਰੀਆਂ ਭਾਰਤੀ ਚੌਂਕੀਆਂ ਅਤੇ ਨਾਗਰਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ ਗਈ ਅਤੇ ਮੋਟਾਰ ਦੇ ਗੋਲੇ ਧਾਗੇ ਗਏ ਉਹਨਾਂ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਮੁਤਾਬਕ ਇਸ ਫਾਇਰਿੰਗ ਦੌਰਾਨ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਉਹਨਾਂ ਨੇ ਦੱਸਿਆ ਕਿ ਭਾਰਤੀ ਫੌਜ ਨੇ ਪਾਕਿਸਤਾਨੀ ਗੋਲੀਬਾਰੀ ਦਾ ਮੂੰਹ ਤੋੜਵਾ ਜਵਾਬ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੱਲ ਕੋਵਿਡ-19 ਸੰਬੰਧੀ ਸਥਿਤੀ ਅਤੇ ਹੜ੍ਹਾਂ ਨਾਲ ਪੈਦਾ ਹੋਏ ਸੰਕਟ ਸੰਬੰਧੀ ਸੱਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਵੱਲੋਂ ਵਰਚੁਅਲ ਮਾਧਿਅਮ ਰਾਹੀਂ ਗੱਲਬਾਤ ਕੀਤੀ ਗਈ ਉਹਨਾਂ ਵਿੱਚ ਬਿਹਾਰ, ਅਸਾਮ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਮਿਲਨਾਡੂ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਸ਼ਾਮਲ ਨੇ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕੋਵਿਡ ਪ੍ਰਭਾਵਿਤ ਸੂਬਿਆਂ ਨੂੰ ਹਰ ਸੰਭਵ ਮੈਡੀਕਲ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਅਤੇ ਨਾਲ ਹੀ ਕੋਵਿਡ ਪ੍ਰਬੰਧਨ ਲਈ ਕੇਂਦਰੀ ਟੀਮਾਂ ਵੱਲੋਂ ਸਹਿਯੋਗ ਦੇਣ ਦੀ ਗੱ ਮੁੱਖ ਮੰਤਰੀਆਂ ਵੱਲੋਂ ਪ੍ਰਧਾਨ ਮੰਤਰੀ ਅਸਲ ਸਥਿਤੀ ਤੋਂ ਜਾਣੂ ਕਰਵਾਇਆ ਗਿਆ। ਰਾਜਸਥਾਨ ਵਿੱਚ ਸਿਆਸੀ ਸੰਕਟ ਦੇ ਚੱਲਦਿਆਂ ਅਗਲੇ ਹਫਤੇ ਵਿਧਾਨ ਸਭਾ ਦਾ اجلاس ਸੱਦੇ ਜਾਣ ਦੀ ਸੰਭਾਵਨਾ ਹੈ ਸੂਬੇ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੱਲੋਂ ਰਾਜਪਾਲ ਕਲਰਾਜ ਮਿਸ਼ਰਾ ਨਾਲ ਮੁਲਾਕਾਤ ਮਗਰੋਂ ਇਹ ਕਿਆਸਰਾਈਆਂ ਕੀਤੀਆਂ ਜਾ ਰਹੀਆਂ ਨੇ ਕਿ ਮੁੱਖ ਮੰਤਰੀ ਵਿਧਾਨ ਸਭਾ ਵਿੱਚ ਬਹੁਮਤ ਸਬੰਧੀ ਵਿਧਾਨਕਾਰਾਂ ਦੀ ਇੱਕ ਸੂਚੀ ਰਾਜਪਾਲ ਨੂੰ ਸੌਂਪੀ ਹੈ ਉਧਰ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਭਾਵੇਂ ਮੁੱਖ ਮੰਤਰੀ ਬਹੁਮਤ ਹੋਣ ਦਾ ਦਾਵਾ ਕਰਦੇ ਨੇ ਪਰ ਅਸਲੀ ਤਾਂ ਇਹ ਹੀ ਸਾਹਮਣੇ ਆ ਸਕਦੀ ਹੈ ਜਦੋਂ ਵਿਧਾਨ ਸਭਾ ਵਿੱਚ ਫਲੋਰ ਟੈਸਟ ਹੋਵੇਗਾ ਰਾਜਸਥਾਨ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਗੁਲਾਬ ਚੰਦ ਕਟਾਰੀਆ ਨੇ ਕਿਹਾ ਹੈ ਕਿ ਬ ਕਰਨ ਲਈ ਵਿਧਾਨਕਾਰਾਂ ਦੀ ਖਿੱਚਤੂ ਹੋਣ ਦੀ ਸੰਭਾਵਨਾ ਹੈ ਰਾਜਸਥਾਨ ਦੀ ਬੀਜੇਪੀ ਦੀ ਇਕਾਈ ਦੇ ਪ੍ਰਧਾਨ ਸतीश ਪੂਨੀਆ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਸੂਬਾ ਸਰਕਾਰ ਸੰਵਿਧਾਨਕ ਸੰਕਟ ਵਿੱਚੋਂ ਗੁਜ਼ਰ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਜੇਕਰ ਸੂਬੇ ਦੇ ਰਾਜਪਾਲ ਚਾਹਣ ਤਾਂ 21 ਦਿਨਾਂ ਦੇ ਨੋਟਿਸ ਤੇ ਵਿਧਾਨ ਸਭਾ ਦੇ اجلاس ਸੱਦ ਸਕਦੇ ਨੇ ਤੇ ਨਾਲ ਹੀ ਸੂਬੇ ਦੀ ਸਿਆਸੀ ਸਥਿਤੀ ਸਪਸ਼ਟ ਹੋ ਸਕਦੀ ਹੈ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਨਵੀਂ ਦਿੱਲੀ ਵਿੱਚ ਏਮਜ਼ ਹਸਪਤਾਲ ਵਿਖੇ ਪਲਾਜ਼ਮਾ ਦਾਨ ਮੁਹਿੰਮ ਦਾ ਉਦਘਾਟਨ ਕੀਤਾ ਇਸ ਦਾ ਆਯੋਜਨ ਦਿੱਲੀ ਪੁਲਿਸ ਅਤੇ ਏਮਜ਼ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਸੀ ਇਸ ਮੌਕੇ ਡਾਕਟਰ ਹਰਸ਼ਵਰਧਨ ਨੇ ਪਲਾਜ਼ਮਾ ਦਾਨੀਆਂ ਨੂੰ ਪਲਾਜ਼ਮਾ ਯੋਧੇ ਦੱਸਿਆ ਉਹਨਾਂ ਨੇ ਕਿਹਾ ਕਿ ਪਲਾਜ਼ਮਾ ਦਾਨ ਦੇਸ਼ ਵਿੱਚ ਇੱਕ ਅੰਦੋਲਨ ਵਾਂਗ ਵਧੇਗਾ ਅਤੇ ਇਸ ਦੇ ਦੁਰਗਾਮੀ ਨਤੀਜੇ ਹੋਣਗੇ ਸਿਹਤ ਮੰਤਰੀ ਨੇ ਕਿਹਾ ਕਿ ਜੋ ਕੋਈ ਵੀ ਕੋਰੋਨਾ ਵਾਇਰਸ ਤੋਂ ਠੀਕ ਹੋਏ ਨੇ ਉਸ ਉਹ ਮਹੀਨੇ ਵਿੱਚ ਇੱਕ ਵਾਰ ਆਪਣਾ ਪਲਾਜ਼ਮਾ ਦਾਨ ਕਰ ਸਕਦੇ ਨੇ ਪੁਲਿਸ ਕਰਮੀਆਂ ਵੱਲੋਂ ਪਲਾਜ਼ਮਾ ਦਾਨ ਕਰਨ ਦੀ ਸ਼ਲਾਘਾ ਕਰਦੇ ਉਹਨਾਂ ਨੇ ਕਿਹਾ ਕਿ ਇਹ ਯੋਗਦਾਨ ਨਾਲ ਹੋਰਨਾਂ ਨੂੰ ਵੀ ਅੱਗੇ ਆ ਕੇ ਇਸ ਅੰਦੋਲਨ ਦਾ ਹਿੱਸਾ ਬਣਨ ਦੀ ਪ੍ਰੇਰਣਾ ਮਿਲੇਗੀ। ਉਹਨਾਂ ਨੇ ਦੱਸਿਆ ਕਿ ਵੱਖ-ਵੱਖ 60 ਸੈਂਟਰਾਂ ਤੇ 452 ਮਰੀਜ਼ਾਂ ਤੇ ਪਲਾਜ਼ਮਾ ਦਾ ਪ੍ਰਯੋਗ ਕੀਤਾ ਗਿਆ ਤੇ ਆਂਕੜਿਆਂ ਦਾ ਵਿਸ਼ਲੇਸ਼ਣ ਚੱਲ ਰਿਹਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਮਰੀਜ਼ਾਂ ਨੂੰ ਪਲਾਜ਼ਮਾ ਚੜਾਉਣ ਦਾ ਕੋਈ ਨੁਕਸਾਨ ਨਹੀਂ ਹੈ। ਉਹਨਾਂ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਰੋਨਾ ਯੋਧਿਆਂ ਦੇ ਦਿੱਤੇ ਗਏ ਯੋਗਦਾਨ ਦੀ ਸ਼ਲਾਘਾ ਕੀਤੀ। ਡਾਕਟਰ ਹਰਸ਼ਵਦਨ ਨੇ ਕਿਹਾ ਕਿ ਕੋਰੋਨਾ ਤੋਂ ਠੀਕ ਹੋਣ ਦੀ ਦਰ ਅਤੇ ਮੌਤ ਦਰ ਦੇ ਲਿਹਾਜ਼ ਨਾਲ ਭਾਰਤ ਇਸ ਵੇਲੇ ਚੰਗੀ ਸਥਿਤੀ ਵਿੱਚ ਹੈ। ਗੁਗਾਰਤ ਕਾਂਗਰਸੀ ਵਿਧਾਨਕਾਰ ਬਲਵਿੰਦਰ ਸਿੰਘ ਢਾਲੀਵਾਲ ਅਤੇ ਤਰਨਤਾਰਨ ਤੋਂ ਕਾਂਗਰਸ ਪਾਰਟੀ ਦੇ ਵਿਧਾਨਕਾਰ ਡਾਕਟਰ ਤਰੰबीर ਅਗਿਨੋਤਰੀ ਕਰੋਨਾ ਵਾਇਰਸ ਲਈ ਪੋਜ਼ਿਟਿਵ ਪਾਏ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਨੇ ਟਵੀਟ ਰਾਹੀਂ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਆਪਣੇ ਇਨ੍ਹਾਂ ਸਹਿਯੋਗੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਨੇ ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਬ ਵਿੱਚ ਕੋਨ ਕਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ ਕਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਪੰਜਾਬ ਦੇ ਪਹਿਲੇ ਮੰਤਰੀ ਸਨ ਉਹਨਾਂ ਤੋਂ ਬਾਅਦ ਉਹਨਾਂ ਦੀ ਪਤਨੀ ਅਤੇ ਬੇਟੇ ਦੇ ਵੀ ਕਰੋਨਾ ਪੋਜ਼ਿਟਿਵ ਹੋਣ ਦੀ ਪੁਸ਼ਟੀ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਤੇਜ਼ ਵਾਧਾ ਦੇਖਿਆ ਜਾ ਰਿਹਾ ਹੈ। ਸਿਮਾ ਸੁਰੱਖਿਆ ਬਲ ਵੱਲੋਂ ਭਾਰਤ ਤੇ ਪਾਕਿਸਤਾਨ ਕੋਮਾਂਤਰੀ ਸਰਹੱਦ ਨਾਲ ਵਗਦੇ ਰਾਵੀ ਦਰਿਆ ਵਿੱਚੋਂ 64 ਕਿਲੋਗ੍ਰam ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ। ਬੀਐਸਐਫ ਦੇ ਡੀਆਈਜੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਹੈਰੋਇਨ ਦੀ ਇਸ ਖੇਪ ਨੂੰ ਪਾਕਿਸਤਾਨ ਵੱਲੋਂ ਦਰਿਆਈ ਪਾਣੀ ਰਾਹੀਂ ਭਾਰਤ ਵਾਲੇ ਪਾਸੇ ਧੱਕਿਆ ਗਿਆ ਡੇਰਾ ਬਾਬਾ ਨਾਨਕ ਨੇੜੇ। ਨਾਗਲੀ ਸਰਹੱਦੀ ਚੌਂਕੀ ਤੇ ਤਾਇਨਾਤ ਬੀਐਸਐਫ ਦੀ 10ਵੀਂ ਬਟਾਲੀਅਨ ਦੇ ਜਵਾਨਾਂ ਨੇ ਦਰਿਆ ਵਿੱਚ ਕੁਝ ਤੈਰਦਾ ਦੇਖਿਆ ਤੇ ਇਸ ਦੀ ਪੜਤਾਲ ਕੀਤੀ ਅਧਿਕਾਰੀ ਨੇ ਦੱਸਿਆ ਕਿ 60 ਪੈਕਟਾਂ ਵਿੱਚ 64 ਕਿਲੋ 33 ਗ੍ਰਾਮ ਨੈਰੋਇਨ ਟਿਊਬ ਦੀ ਸ਼ਕਲ ਵਾਲੇ ਲੰਬੇ ਕਪੜੇ ਵਿੱਚ ਲੁਕੋਈ ਗਈ ਸੀ ਅਤੇ ਇਸ ਨੂੰ ਪਾਣੀ ਵਿੱਚ ਤੈਰ ਰਹੀ ਬੂਟੀ ਨਾਲ ਬਣਿਆ ਗਿਆ ਸੀ ਉਹਨਾਂ ਨੇ ਦੱਸਿਆ ਕਿ ਹੈਰੋਇਨ ਦੀ ਇਸ ਖੇਪ ਨੂੰ 1500 ਮੀਟਰ ਲੰਬੀ ਰੱਸੀ ਨਾਲ ਬੰਨਿਆ ਹੋਇਆ ਸੀ ਤਾਂ ਜੋ ਦਰਿਆ ਦੇ ਕੰਡੇ ਤੋਂ ਇਸ ਨੂੰ ਖਿੱਚਿਆ ਜਾ ਸਕੇ ਬੀਐਸਐਫ ਦੇ ਜਵਾਨਾਂ ਨੇ ਕੋਈ ਕੋਈ ਸ਼ੱਕੀ ਹਰਕਤ ਦੇਖੀ ਅਤੇ ਉਹ ਚੌਕਸ ਹੋ ਗਏ ਸਮਝਿਆ ਜਾਂਦਾ ਹੈ ਕਿ ਇਹ ਤਸਕਰ ਸੰ ਜੋ ਬੀਐਸਐਫ ਦੇ ਜਵਾਨਾਂ ਨੂੰ ਦੇਖ ਕੇ ਹਨੇਰੇ ਦਾ ਫਾਇਦਾ ਉਠਾਉਂਦਿਆਂ ਉਥੋਂ ਭੱਜਣ ਵਿੱਚ ਕਾਮਯਾਬ ਹੋ ਗਏ ਕੱਲ ਰਾਤ ਕੋ 2:30 ਦੇ ਕਰੀਬ ہماری 10 ਬਟਾਲੀਅਨ ਕੀ ਜੋ ਪੋਸਟ ਹੈ ਨਾਂਗਲੀਗੜ੍ਹ उसमें हमारे आजकल देखा होगा कि बी हमेशा चौबीस घंटे ही अलर्ट रहती है और रात के समय में कल मौसम ख़राब था नदी में पानी भी ज़्यादा था तो अलर्टनेस हमने थोड़ी और ज़्यादा रखी हुई थी तो हमारी जो सेंट्री ड्यूटी पे था उसने कुछ सस्पिशियस मूवमेंट देखा नदी में तो नदी में पानी का बहाव भी तेज था और ਪੰਜਾਬ ਅਤੇ ਹਰਿਆਣਾ ਸਨਿ ਦੇਸ਼ ਦੇ ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ ਕੱਲ ਤੋਂ ਹੋ ਰਹੀ ਭਾਰੀ ਬਾਰਿਸ਼ ਨਾਲ ਤਾਪਮਨ ਵਿੱਚ ਗਿਰਾਵਟ ਆਈ ਹੈ ਮੌਸਮ ਹਕਮੇ ਮੁਤਾਬਕ ਬੀਤੇ ਦਿਨ ਅੰਮ੍ਰਿਤਸਰ ਲੁਧਿਆਣਾ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਹੋਰਨਾਂ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਰਿਕਾਰਡ ਕੀਤੀ ਗਈ ਅੰਮ੍ਰਿਤਸਰ ਵਿੱਚ 5 ਮਿਲੀਮੀਟਰ ਅਤੇ ਲੁਧਿਆਣਾ ਵਿੱਚ 1.4 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਮਹਿਕਮੇ ਮੁਤਾਬਕ ਆਉਣ ਦੇ 24 ਘੰਟੇ ਦੌਰਾਨ ਪੰਜਾਬ ਅਤੇ ਹੋਰਨਾਂ ਉੱਤਰੀ ਸੂਬਿਆਂ ਵਿੱਚ ਦਰਮਿਆਨੀ ਤੋਂ ਭਾਰੀ ਵਰਖਾ ਹੋ ਸਕਦੀ ਹੈ ਅਤੇ ਇਹ ਸਿਲਸਲਾ ਅਗਲੇ 2 ਤੋਂ 3 ਦਿਨਾਂ ਤੱਕ ਬਰਕਰਾਰ ਰਹਿ ਸਕਦਾ ਹੈ ਇਸ ਦੌਰਾਨ ਕੌ ਦਿੱਲੀ ਵਿੱਚ ਵੀ ਭਾਰੀ ਵਰਖਾ ਰਿਕਾਰਡ ਕੀਤੀ ਗਈ ਦਿੱਲੀ ਵਿੱਚ ਮੀਂਹ ਕਾਰਨ ਵਾਪਰੇ ਵੱਖ-ਵੱਖ ਹਾਦਸਿਆਂ ਵਿੱਚ 4 ਲੋਕਾਂ ਦੀ ਮੌਤ ਵੀ ਹੋਈ ਪੂਰਬੀ ਭਾਰਤ ਬਿਹਾਰ ਅਤੇ ਆਸਪਾਸ ਦੇ ਸੂਬਿਆਂ ਵਿੱਚ ਵੀ ਦਰਮਿਆਨੀ ਤੋਂ ਭਾਰੀ ਵਰਖਾ ਹੋਈ ਬਿਹਾਰ ਵਿੱਚ ਆਸਮਾਨੀ ਬਿਜਲੀ ਡਿੱਗਣ ਕਾਰਨ 10 ਜਾਣਿਆਂ ਦੀ ਮੌਤ ਹੋ ਗਈ ਬਿਹਾਰ ਸਰਕਾਰ ਮੁਤਾਬਕ ਬੀਤੇ 3 ਹਫ਼ਤਿਆਂ ਦੌਰਾਨ ਸੂਬੇ ਵਿੱਚ 160 ਲੋਕਾਂ ਦੀ ਮੌਤ ਹੋ ਚੁੱਕੀ ਹੈ ਉਧਰ ਆਸਾਮ ਵਿੱਚ ਵੀ ਭਾਰੀ ਬਾਰਿਸ਼ ਦੇ ਚੱਲਦਿਆਂ ਸਥਿਤੀ ਇੱਕ ਵਾਰ ਫੇਰ ਗੰਬੀਰ ਬਣ ਗਈ ਹੈ ਆਸਾਮ ਦੇ 24 ਜ਼ਿਲ੍ਹਿਆਂ ਵਿੱਚ 25 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਸੂਬੇ ਵਿੱਚ ਮੀਂਹ ਕਾਰਨ ਵਾਪਰੇ ਵੱਖ-ਵੱਖ ਹ तो 10 ਲੋਕਾਂ ਨੇ ਜਾਨ ਗੁਆਈ ਹੈ ਬਰਤੰਦੇ ਆਖੀ ਵਿੱਚ ਹੋਰ ਖਬਰਾਂ ਇੱਕ ਵਾਰ ਫਿਰ ਤੋਂ ਕਹਿੰਦੇ ਮੰਤਰੀ ਡਾਕਟਰ ਜੀਤेंद्र ਸਿੰਘ ਨੇ ਸਪਸ਼ਟ ਕੀਤਾ ਹੈ ਕਿ ਕੇਂਦਰ ਵੱਲੋਂ ਲਿਆਂਦੇ ਗਏ ਨਵੇਂ ਖੇਤੀ ਆਰਡੀਨੈਂਸਾਂ ਨੂੰ ਲਾਗੂ ਹੋਣ ਤੋਂ ਬਾਅਦ ਵੀ ਕਿਸਾਨਾਂ ਕੋਲ ਮੰਡੀਆਂ ਵਿੱਚ ਫਸਲ ਵੇਚਣ ਦਾ ਬਦਲ ਜਾਰੀ ਰਹੇਗਾ ਜੀਤेंद्र ਸਿੰਘ ਨੇ ਕਿਹਾ ਕਿ ਖੇਤੀ ਆਰਡੀਨੈਂਸਾਂ ਦੇ ਮੁੱਦੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਸ਼ੋਮਨੀਆ ਕਾਲਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜੇ ਕੇਂਦਰ ਸਰਕਾਰ ਚਾਹੇ ਤਾਂ ਆਰਡੀਨੈਂਸਾਂ ਦੇ ਮੁੱਦੇ ਤੇ ਕਿਸਾਨਾਂ ਅੱਗੇ ਸਾਫ਼ ਤਸਵੀਰ ਪੇਸ਼ ਕਰਨ ਲਈ ਵਕਤ ਦੀ ਅਗਵਾਈ ਕਰ ਸਕਦੇ। ਲਦਾਖ ਅਤੇ ਹੋਰ ਨਾ ਸਵੇਦਨਸ਼ੀਲ ਖੇਤਰਾਂ ਵਿੱਚ ਹਵਾਈ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਭਾਰਤੀ ਹਵਾਈ ਫੌਜ ਦੇ ਕਮਾਂਡਰਾਂ ਦੀ 3 ਦਿਨਾਂ ਕਾਨਫਰੰਸ 22 ਜੁਲਾਈ ਨੂੰ ਨਵੀਂ ਦਿੱਲੀ ਵਿੱਚ ਸ਼ੁਰੂ ਹੋਵੇਗੀ। ਜੰਮੂ ਕਸ਼ਮੀਰ ਦੇ ਸੁੰਦਰਬਨੀ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਇੱਕ ਵਾਰ ਫਿਰ ਗੋਲੀਬੰਦੀ ਦੀ ਉਲੰਘਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਅਤੇ ਹੜ੍ਹਾਂ ਦੀ ਸਥਿਤੀ ਸੰਬੰਧੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ। ਇਸ ਦੇ ਨਾਲ ਹੀ ਖਬਰਾਂ ਦਾ ਬਲਟਨ ਖਤਮ ਹੁੰਦਾ ਹੈ ਅਗਿਆਤ ਨਮਸਕਾਰ।